ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ 1 ਜਨਵਰੀ 2023 ਅਤੇ ਸਵੇਰ ਦੇ ਕੋਈ 11:22 ਹੋਏ ਆ। ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਕਰੇ ਇਹ ਸਾਲ ਤੁਹਾਡੇ ਲਈ ਤਰੱਕੀਆਂ ਲੈ ਕੇ ਆਵੇ, ਇਹ ਸਾਲ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰੇ, ਇਹ ਸਾਲ ਤੁਹਾਡੇ 'ਚ ਪਿਆਰ ਹੋਰ ਵਧਾਵੇ ਇੱਕ ਦੂਸਰੇ ਦੇ ਵਿੱਚ, ਇਹ ਸਾਲ ਵੈਰ ਵਿਰੋਧ ਮਿਟਾਵੇ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਹੈ ਜਦੋਂ ਆਪਾਂ ਕਰਦੇ ਹਾਂ ਤਾਂ ਚੰਗਾ ਕੰਮ ਅਤੇ ਚੰਗਾ ਕੰਮ ਰੱਬ ਨੂੰ ਯਾਦ ਕਰਨ ਨਾਲੋਂ ਕਿਹੜਾ ਹੋ ਸਕਦਾ। ਇਸ ਕਰਕੇ ਅੱਜ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੈ, ਤੁਸੀਂ ਪੜ੍ਹ ਲਿਆ ਗੁਰਦੁਆਰਾ ਸਾਹਿਬ ਹਾਜੀ ਰਤਨ ਪਾਤਸ਼ਾਹੀ 10ਵੀਂ। ਆਓ ਇਸ ਸਾਲ ਦੀ ਸ਼ੁਰੂਆਤ ਵੀ ਜਿਹੜੀ ਹੈ ਦਰਸ਼ਨ ਕਰਕੇ ਆਪਾਂ ਕਰੀਏ। ਸਭ ਤੋਂ ਪਹਿਲਾਂ ਤੁਸੀਂ ਆ ਜਾਓ। ਸਰੋਵਰ ਵੱਲ ਨੂੰ ਜਾਂਦੇ ਹੋਏ ਆਪਾਂ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਇਹ ਦੇਖੋ, ਨਾਨੀ ਜਿਹੜੀ ਹੈ ਉਹ ਤਾਂ ਕਰ ਹੀ ਲਈ ਹੈ। ਅੱਜ ਫਿਸਲਣ ਲੱਗਾ ਸੀ ਬਿਕੋਜ਼ ਥੋੜ੍ਹਾ ਧਿਆਨ ਦੇਣਾ, ਪੰਜ ਸਨਾਨੀ ਕਰਕੇ ਨਿਕਲੇ ਅਤੇ ਸੰਗੇ ਮਰਮਰ ਹੈ, ਇਸ ਕਰਕੇ ਜਿੰਨੇ ਵੀ ਆਉਣਾ ਧਿਆਨ ਦੇਣਾ। ਦਰਸ਼ਨ ਹਾਜੀ ਰਤਨ ਸਾਹਿਬ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਸਭ ਦਰਸ਼ਨ ਕਰੋ ਗੁਰਦੁਆਰਾ ਹਾਜੀ ਰਤਨ ਸਾਹਿਬ ਪਾਤਸ਼ਾਹੀ 10ਵੀਂ ਦਰਸ਼ਨ ਦੀਦਾਰ ਬਾਬਾ ਜੀ ਦੇ ਸਰੂਪ ਦੇ। ਵਾਹਿਗੁਰੂ ਇਸ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ, ਸਾਰਿਆਂ ਦੀਆਂ ਮਨੋਕਾਮਨਾ ਜਿਹੜੀਆਂ ਪੂਰੀਆਂ ਕਰੇ। ਆ ਜਾਓ, ਤੁਹਾਨੂੰ ਘਰ ਬੈਠਿਆਂ ਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਦਰਸ਼ਨ ਕਰਵਾਏ ਜਾਣ। ਗੁਰਦੁਆਰਾ ਹਾਜੀ ਰਤਨ ਸਾਹਿਬ 1 ਜਨਵਰੀ 2023 ਬਠਿੰਡੇ ਦਾ ਗੁਰਦੁਆਰਾ ਹਾਜੀ ਰਤਨ ਪਾਤਸ਼ਾਹੀ 10ਵੀਂ ਦਰਸ਼ਨ ਦੀਦਾਰ ਨਵਾਂ ਸਾਲ ਸਾਰਿਆਂ ਲਈ ਬਹੁਤ ਖੁਸ਼ੀਆਂ ਭਰਿਆ ਹੋਵੇ। ਪ੍ਰਸ਼ਾਦ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਿਲਕੁਲ, ਫੋਟੋ ਲੱਥ ਰਹੀ ਜੀ, ਨਾਲ ਨਾਲ ਲੱਥ ਰਹੀ ਹੈ ਜੀ, ਲਾਈਵ ਚੱਲ ਰਿਹਾ ਆਪਣਾ। ਅਤੇ ਮੈਨੂੰ ਅਸੀਂ ਨਵੇਂ ਸਾਲ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣ ਗੁਰਦੁਆਰਾ ਸਾਹਿਬ ਦੇ। ਅਤੇ ਇਹਦਾ ਸਿੰਘ ਸਾਹਿਬ ਇਤਿਹਾਸ ਆਪਾਂ ਦਰਸ਼ਕਾਂ ਨੂੰ ਕੌਣ ਦੱਸੇਗਾ, ਹੈਗੇ ਨੇ
ਪੰਥੀ ਸਿੰਘ ਜੀ ਉਹਦੇ ਲਈ ਵੱਡੇ ਆ ਨਾ ਆਪਣੇ ਹਾਂਜੀ ਉਹ ਮਿਲਣਗੇ ਆਪਾਂ ਨੂੰ ਕਿਤੇ ਹਾਂਜੀ ਨਹੀਂ ਉਹ ਭੋਗ ਪਾਉਣ ਗਏ ਗਏ ਜੀ ਜੀ ਹਾਂਜੀ ਭੋਗ ਤੇ ਗਏ ਆ ਅੱਧਾ ਕੁ ਘੰਟਾ ਲੱਗੇਗਾ ਹਾਂ ਅੱਧਾ ਘੰਟਾ प्रसाद बाबा जी आजो बाहर चलते हैं काम नवे साल की शुरुआत एक चंगे काम तो ये देखो ये पढ़ो इस वन के नाल दशमेश पिता श्री गुरु गोबिंद सिंह जी ने घोड़ा बनया से दर्शन करो जी ये इतने इन्होंने एक चीज़ लिख के लगाई है ये पढ़ो सात संगत जी बेनती है कि निशान साहब ते खंभणियां अते धागे आदि बनना मनमत है कृपा करके नाल ये कुछ मिट गया ना बनन की कृपालता की जाए जी दास मैनेजर साहब हज रतन भी ये मनमत है खंभणियां बननियां या होर पर इतने नमक ते झाड़ू जड़ा वो इत चढ़ाए गए ने ये दर्शन क्योंकि दशमेश पिता श्री गुरु गोबिंद सिंह साहब ने ये अपना घोड़ा बनिया से ये दर्शन करो जी और यदा जड़ा इतिहास है वो आप आ जाओ संखेप इतिहास है जड़ा वो तुसी देखो यदा वो ये है श्री गुरु गोबिंद सिंह जी पिंड पुचो अते भागू होंदे हुए एक्चुअली प्रॉपर पढ़िया भी नहीं जा रहा बठिंडा विखे पहुँचे अते गुरु साहब जी ने रतन हाजी नूं बुला के बचन विलास किते रतन हाजी नूं जन्म मरण तो मुक्त ਕੀਤਾ ਹੁਣ ਇਸ ਸਥਾਨ 'ਤੇ ਗੁਰਦੁਆਰਾ ਸਾਹਿਬ ਹਾਜੀ ਰਤਨ ਸੁਸ਼ੋਭਿਤ ਹੈ ਜਦ ਬਠਿੰਡਾ ਦੀ ਸੰਗਤ ਨੂੰ ਪਤਾ ਲੱਗਿਆ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਹਾਜੀ ਰਤਨ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆਂ ਗੁਰੂ ਸਾਹਿਬ ਜੀ ਨਾਲ ਬਚਨ ਵਿਲਾਸ ਕਰਨ ਉਪਰੰਤ ਸੰਗਤਾਂ ਨਿਹਾਲ ਹੋਈਆਂ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਇੱਥੇ ਉਜਾੜ ਵਿੱਚ ਬੈਠੇ ਹੋ ਕਿਰਪਾ ਕਰਕੇ ਕਿਲ੍ਹੇ ਵਿੱਚ ਚਲੋ ਤਾਂ ਹੁਕਮ ਹੋਇਆ ਚਰਨ ਪਾਏ ਕਿਲ੍ਹੇ ਵਿੱਚ ਆ ਕੇ ਗੁਰੂ ਜੀ ਨੇ ਓਕੇ ਤਾਂ ਹੁਕਮ ਹੋਇਆ ਕਿ ਭਾਈ ਮੈਂ ਤਾਂ ਸ਼ਹਿਰ ਵਿਚਾਲੇ ਹੀ ਬੈਠਾ ਹਾਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਗੁਰੂ ਸਾਹਿਬ ਜੀ ਨੇ ਕਿਲ੍ਹਾ ਮੁਬਾਰਕ ਵਿੱਚ ਚਰਨ ਪਾਏ ਕਿਲ੍ਹੇ ਵਿੱਚ ਆ ਕੇ ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਸੰਗਤਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀ ਹਾਂ ਇਸ ਕਿਲ੍ਹੇ ਵਿੱਚ ਇੱਕ ਕਾਣਾ ਦਿਓ ਰਹਿੰਦਾ ਹੈ ਤੁਹਾਨੂੰ ਯਾਦ ਹੋਣਾ ਕਿਲ੍ਹਾ ਮੁਬਾਰਕ ਜਿਹੜਾ ਆਪਾਂ ਉੱਥੇ ਵੀ ਨਤਮਸਤਕ ਹੋ ਜਾਂਦੇ ਉੱਥੇ ਵੀ ਗੁਰਦੁਆਰਾ ਸਾਹਿਬ ਹੈ ਇਹ ਉੱਥੋਂ ਦੀ ਗੱਲ ਜਿਹੜੀ ਕੀਤੀ ਗਈ ਹੈ ਤਾਂ ਸੰਗਤਾਂ ਨੇ ਦਿਓ ਰਹਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਕੰਧਾਂ ਕੋਠੇ ਮਕਾਨ ਆਦਿ ਢਾ ਦਿੰਦਾ ਹੈ ਕਿਰਪਾ ਕਰਕੇ ਇਸ ਦਿਓ ਤੋਂ ਸਾਨੂੰ ਛੁਟਕਾਰਾ ਦਵਾਓ ਗੁਰੂ ਜੀ ਨੇ ਕਾਣੇ ਦਿਓ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਇਹਨਾਂ ਲੋਕਾਂ ਨੂੰ ਤੰਗ ਕਿਉਂ ਕਰਦਾ ਹੈ ਤਾਂ ਕਾਣੇ ਦਿਓ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਾਫੀ ਸਮੇਂ ਤੋਂ ਭੁੱਖਾ ਰਹਿ ਰਿਹਾ ਹਾਂ ਇਸ ਲਈ ਤੁਸੀਂ ਮੇਰੀ ਭੁੱਖ ਨਿਵਰਤ ਕਰੋ ਮੈਂ ਤੁਹਾਡੇ ਕਹਿਣ 'ਤੇ ਕਿਲ੍ਹੇ ਵਿੱਚੋਂ ਸਦਾ ਲਈ ਚਲਾ ਜਾਵਾਂਗਾ ਤਦ ਗੁਰੂ ਜੀ ਨੇ ਆਪਣੀ ਅੰਤਰਦ੍ਰਿਸ਼ਟੀ ਦੇ ਨਾਲ ਤੱਕਿਆ ਕਿ ਪਿੰਡ ਨੱਤ ਬਘੇਰ ਵਿਖੇ 10 ਪਿੰਡਾਂ ਦਾ ਸਾਂਝਾ ਝੋਟਾ ਉਸ ਤੋਂ ਵੀ ਲੋਕ ਬਹੁਤ ਦੁਖੀ ਹਨ
ਤਾਂ ਉਸ ਝੋਟੇ ਦਾ ਉਧਾਰ ਕਰਨ ਲਈ ਗੁਰੂ ਜੀ ਨੇ ਸਿੰਘਾਂ ਨੂੰ ਝੋਟਾ ਲੈਣ ਲਈ ਭੇਜਿਆ। ਜਦ ਸਿੰਘ ਪਿੰਡ ਨੱਤ ਬਗੇਰਾ ਪਹੁੰਚੇ ਤਾਂ ਲੋਕਾਂ ਤੋਂ ਝੋਟੇ ਬਾਰੇ ਪੁੱਛਿਆ ਤਾਂ ਲੋਕਾਂ ਨੇ ਵੀ ਮਜ਼ਾਕ ਨਾਲ ਕਿਹਾ ਸਾਹਮਣੇ ਟੋਭੇ ਵਿੱਚ ਬੈਠਾ ਹੈ। ਗਏ ਹੋਏ ਸਿੰਘਾਂ ਵਿੱਚੋਂ ਭਾਈ ਮਿਲਾਗਰ ਸਿੰਘ ਨੇ ਉੱਚੀ ਆਵਾਜ਼ ਲਗਾਈ ਅਤੇ ਕਿਹਾ ਚੱਲ ਭਾਈ ਤੈਨੂੰ ਗੁਰੂ ਜੀ ਨੇ ਬੁਲਾਇਆ ਹੈ। ਤਾਂ ਝੋਟਾ ਟੋਭੇ ਵਿੱਚੋਂ ਬਾਹਰ ਨਿਕਲ ਕੇ ਸਿੰਘਾਂ ਦੇ ਅੱਗੇ ਅੱਗੇ ਤੁਰ ਪਿਆ ਅਤੇ ਗੁਰੂ ਜੀ ਅੱਗੇ ਹਾਜ਼ਰ ਹੋ ਗਿਆ। ਗੁਰੂ ਸਾਹਿਬਾਨ ਨੇ ਭਾਈ ਮਿਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਇਸ ਝੋਟੇ ਨੂੰ ਸ਼੍ਰੀ ਸਾਹਿਬ ਦੇ ਇੱਕੋ ਵਾਰ ਨਾਲ ਝਟਕਾ ਦਿੱਤਾ ਜਾਵੇ। ਭਾਈ ਮਿਲਾਗਰ ਸਿੰਘ ਨੇ ਇੱਕੋ ਵਾਰ ਨਾਲ ਝੋਟੇ ਦਾ ਸਿਰ ਲਾ ਦਿੱਤਾ। ਗੁਰੂ ਜੀ ਨੇ ਦਿਓ ਦੀ ਭੁੱਖ ਨਿਵਰਤ ਕੀਤੀ ਅਤੇ ਹੁਕਮ ਦਿੱਤਾ ਕਿ ਤੂੰ ਸਰਹੱਦ ਚਲਾ ਜਾ, ਉੱਥੇ ਤੇਰੀ ਜ਼ਰੂਰਤ ਹੈ। ਉਪਰੰਤ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਮਾਲਵੇ ਵਿੱਚ ਕਾਲ ਬਹੁਤ ਪੈਂਦੇ ਹਨ, ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਜਾਂਦੇ ਹੋਏ ਕਾਲ ਨੂੰ ਦੱਖਣ ਦੇਸ਼ ਵੱਲ ਲੈ ਜਾਵਾਂਗੇ। ਸੋ ਗੁਰੂ ਜੀ ਦੇ ਬਚਨ ਸਾਕਾਰ ਹਨ। ਗੁਰਦੁਆਰਾ ਸਾਹਿਬ ਹਾਜ਼ਰੇ ਤਨ ਅਤੇ ਕਿਲ੍ਹਾ ਮੁਬਾਰਕ ਵਿਖੇ ਸੰਗਤਾਂ ਦੀਆਂ ਸ਼ੁਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਹ ਜਿਹੜਾ ਇਤਿਹਾਸ ਇੱਥੇ ਇਹ ਲਿਖਿਆ ਹੋਇਆ ਅਤੇ ਇਹ ਦੇਖੋ ਇੱਥੇ ਇਹਨਾਂ ਨੇ ਕੁਛ ਕਿਤਾਬਾਂ ਜਿਹੜੀਆਂ ਨੇ ਪ੍ਰਦੂਸ਼ਣ ਵਿਸ਼ਵ ਦੀ ਹੋਂਦ ਨੂੰ ਖਤਰਾ ਪ੍ਰਦੂਸ਼ਣ ਬਾਰੇ ਹੈ ਜੀ, ਔਰ ਪ੍ਰਕਾਸ਼ ਗੁਰਪੁਰਬ ਬਾਰੇ ਚਾਨਣਾ ਪਾਇਆ, ਯੁੱਗ ਪੁਰਸ਼ ਭਗਤ ਪੂਰਨ ਸਿੰਘ ਜੀ ਬਾਰੇ, ਔਰ ਪਿੰਗਲਵਾੜਾ ਜੰਤਰੀ ਜਿਹੜੀ ਹੈ ਇਹ ਇਹਨਾਂ ਨੇ ਸਿੰਘ ਸਾਹਿਬ ਨੇ ਜਿਹੜੀਆਂ ਦਿੱਤੀਆਂ। ਔਰ ਇਹ ਉਹ ਥਾਂ ਹੈ ਨਾ, ਆ ਜੋ ਤੁਹਾਨੂੰ ਅੱਜ ਦਾ ਮੁੱਖ ਵਾਕ ਹੈ ਜਿਹੜਾ ਉਹ ਵੀ ਪੜ੍ਹਾਈਏ। ਬਿਲਕੁਲ ਕਲੋਜ਼ ਕਰਕੇ ਦਿਖਾਓ ਜੀ। ਬਿਲਾਵਲ ਮੁਹੱਲਾ ਆਈ ਥਿੰਕ ਪੰਜਵਾਂ। ਇਹ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ, ਸਾਧ ਸੰਗਤ ਕੇ ਸੰਗ ਵਸੇ ਵੜਪਾਗੀ। ਵਿਆਖਿਆ ਵੀ ਹੈ ਭਾਈ ਇਹ ਜਗਤ ਮਾਣੋ ਇੱਕ ਸਮੁੰਦਰ ਹੈ, ਇਸ ਵਿੱਚ ਵਿਕਾਰਾਂ ਦਾ ਪਾਣੀ ਠਾਠਾ ਮਾਰ ਰਿਹਾ ਹੈ। ਇਸ ਸਮੁੰਦਰ ਵਿੱਚੋਂ ਉਹੀ ਮਨੁੱਖ ਪਾਰ ਲੰਘਦਾ ਹੈ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਦਾ ਗਾਉਂਦਾ ਰਹਿੰਦਾ ਹੈ। ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਆ ਜਾਓ ਤੁਹਾਨੂੰ ਅੱਗੇ ਹੁਣ ਮੈਂ ਲੰਗਰ ਘਰ ਜਿਹੜਾ ਆਹ ਦੇਖੋ ਇੱਥੇ ਸੰਗਤਾਂ ਜਿਹੜੀਆਂ ਸ਼ਰਧਾ ਮੁਤਾਬਕ ਆਪਣਾ ਆਪਣਾ ਜਿਹੜਾ ਕੋਈ ਲੈ ਕੇ ਆਉਂਦੇ ਨੇ ਘਰੋਂ ਰਸਦ ਉਹ ਇੱਥੇ ਇਸ ਜਗ੍ਹਾ 'ਤੇ ਆਪਣੇ ਆਪ ਹੀ ਰੱਖ ਦਿੰਦੇ ਨੇ। ਔਰ ਇਹ ਉਹ ਜਗ੍ਹਾ ਜੀ ਜਿੱਥੇ ਦੇਗ ਵਾਸਤੇ ਉਹ ਸਾਹਮਣੇ ਪਰਚੀਆਂ ਜਿਹੜੀਆਂ ਉਹ ਕੱਟੀਆਂ ਜਾਂਦੀਆਂ। ਅਤੇ ਇਹ ਕੜਾਹ ਪ੍ਰਸ਼ਾਦ ਔਰ ਲੰਗਰ ਹਾਲ ਵੱਲ ਮੈਂ ਤੁਹਾਨੂੰ ਲੈ ਕੇ ਚੱਲਦਾ। ਸੰਗਤਾਂ ਜਿਹੜੀਆਂ ਨੇ ਉੱਥੇ ਆ ਜਾਓ। ਇਹ ਲੰਗਰ ਹਾਲ ਇੱਧਰ ਹੈ ਜੀ ਅਤੇ ਇੱਥੇ ਬਰਤਨ ਹੈ ਜਿਹੜੇ ਉਹ ਧੋਤੇ ਜਾਂਦੇ ਨੇ। ਇਹ ਇੱਧਰ ਸੰਗਤਾਂ ਦੇਖੋ ਲੰਗਰ ਛੱਕ ਰਹੀਆਂ ਜੀ ਨਵੇਂ ਸਾਲ ਦੇ ਉੱਤੇ ਬਾਬੇ ਦੇ ਘਰ ਆ ਕੇ। ਅਤੇ ਇੱਥੇ ਲਿਖਿਆ ਜੀ ਝੂਠ ਤੋਂ ਬਚੋ, ਨੰਗੇ ਸਿਰ ਖਾਣਾ ਜੁੱਤੇ ਲੈ ਕੇ ਆਉਣਾ ਅੰਦਰ ਸਖਤ ਮਨਾ ਹੈ। ਔਰ ਇਹ ਲੰਗਰ ਜਿਹੜਾ ਇਹ ਹੈ ਜੀ ਬਠਿੰਡਾ ਸਥਿਤ ਗੁਰਦੁਆਰਾ ਹਾਜੀ ਰਤਨ। ਨਵਾਂ ਸਾਲ, ਨਵੇਂ ਸਾਲ 'ਤੇ ਇਹੀ ਕਿ ਚਲੋ ਵਾਹਿਗੁਰੂ ਸਾਰੇ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰੇ। ਅਸੀਂ
एक दूसरे नाल प्यार नाल रहिए, गुरु चरणा विच रहिए, गुरु की दसी हुई गल नूं मन्नीए, सिर्फ सुन के इधरले कने चो पा के दूसरे कने चो ना कढ़ीए। जो असीं आने मत्था टेकते हैं तो जो असीं बाणी पढ़ते हैं सुनते हैं उहदे ते अमल भी करिए। नवां साल तुहानूं सारिआं नूं बहुत बहुत एक बार फिर मुबारक। खबरां रूटीन वाइज जो समाज के हित होंगे वो आपां इस वरे भी जारी रखांगे। वाहेगुरु सारिआं नूं चढ़दी कला च रखे ते मैनूं दे इजाजत। सत श्री